ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਸਰਦਾਰ ਸਰਵਣ ਸਿੰਘ ਜੀ ਦੇ ਬਾਰੇ, ਜਿਨ੍ਹਾਂ ਨੇ ਆਪਣੀ ਲੰਬੀ ਦਾੜ੍ਹੀ ਕਰਕੇ ਆਪਣਾ ਨਾਮ ਗਿਨੀਜ਼ ਬੁੱਕ 'ਚ ਦਰਜ ਕਰਵਾ ਲਿਆ ਸੀ। ਅਤੇ ਅੱਜ ਦੀ ਵੀਡੀਓ ਵਿੱਚ ਜਾਣਕਾਰੀ ਦੇਵਾਂਗੇ ਇੱਦਾਂ ਦੇ ਹੀ ਸਿੱਖ ਬਾਰੇ, ਜਿਨ੍ਹਾਂ ਨੇ ਆਪਣੀ ਪੱਗ ਕਰਕੇ ਗਿਨੀਜ਼ ਬੁੱਕ 'ਚ ਨਾਮ ਦਰਜ ਕਰਵਾ ਲਿਆ। ਪਟਿਆਲਾ ਜ਼ਿਲ੍ਹੇ ਦੇ ਰਹਿਣ ਵਾਲੇ ਬਾਬਾ ਅਵਤਾਰ ਸਿੰਘ ਮੌਨੀ ਦਾ ਨਾਮ ਸੰਸਾਰ ਦੀ ਸਭ ਤੋਂ ਵੱਡੀ ਪੱਗ ਲਈ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਦਰਜ ਹੈ। ਇੰਨੀ ਵੱਡੀ ਤੇ ਭਾਰੀ ਪੱਗ ਸੰਸਾਰ 'ਚ ਅੱਜ ਤੱਕ ਕਿਸੇ ਨੇ ਨਹੀਂ ਬੰਨੀ। ਅਵਤਾਰ ਸਿੰਘ ਦਾ ਦਾਅਵਾ ਹੈ ਕਿ ਉਹਨਾਂ ਦੀ ਪੱਗ ਦੀ ਲੰਬਾਈ 2115 ਫੁੱਟ ਦੀ ਹੈ ਤੇ ਜਿਹਦਾ ਵਜ਼ਨ 45 ਕਿਲੋ ਤੋਂ ਵੀ ਵੱਧ ਹੈ। ਪੱਗ ਵਿੱਚ ਇਸਤੇਮਾਲ ਹੋਣ ਵਾਲੇ ਨੀਲੇ ਔਰ ਸੰਤਰੀ ਕੱਪੜੇ ਦਾ ਵਜ਼ਨ ਲਗਭਗ 30 ਕਿਲੋ ਹੈ ਤੇ 15 ਕਿਲੋ ਦੇ ਵਜ਼ਨ ਦੇ ਉਹਦੇ ਵਿੱਚ ਗਹਿਣੇ ਤੇ ਕੜੇ ਲੱਗੇ ਹੋਏ ਆ। ਅਵਤਾਰ ਸਿੰਘ ਸਿੱਖਾਂ ਦੀ ਅਲੱਗ ਪਛਾਣ ਬਰਕਰਾਰ ਰੱਖਣ ਲਈ ਤੇ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਹੀ ਇਹ ਸਭ ਕਰਦੇ ਨੇ। ਉਹ ਪਿਛਲੇ 16 ਸਾਲਾਂ ਤੋਂ ਸਿਰ ਤੇ ਇੰਨੇ ਭਾਰੀ ਪੱਗ ਬੰਨਦੇ ਆ ਰਹੇ ਨੇ। ਉਹਨਾਂ ਦਾ ਕਹਿਣਾ ਆ ਕਿ ਇਸ ਪੱਗ ਨੂੰ ਬੰਨਣ ਲਈ 5 ਘੰਟਿਆਂ ਤੋਂ ਵੀ ਜ਼ਿਆਦਾ ਦਾ ਟਾਈਮ ਲੱਗਦਾ ਹੈ। ਇੰਨੀ ਭਾਰੀ ਪੱਗ ਦੇ ਨਾਲ ਉਹ ਕਾਰ 'ਚ ਨਹੀਂ ਬੈਠ ਸਕਦੇ, ਇਸ ਲਈ ਉਹਨਾਂ ਨੇ ਆਪਣੇ ਆਉਣ ਜਾਣ ਲਈ ਬੁਲਟ ਰੱਖਿਆ ਹੋਇਆ ਹੈ। ਅਗਰ ਅਵਤਾਰ ਸਿੰਘ ਜੀ ਦੇ ਪੂਰੇ ਗੈਟਅਪ ਦੀ ਗੱਲ ਕਰੀਏ ਤਾਂ ਉਹ ਇੰਨੀ ਭਾਰੀ ਪੱਗ ਦੇ ਨਾਲ ਨਾਲ ਇੱਕ ਕਿਰਪਾਨ ਤੇ ਹੱਥਾਂ 'ਚ ਭਾਰੀ ਕੜੇ ਵੀ ਪਾਉਂਦੇ ਆ, ਜਿਨ੍ਹਾਂ ਦਾ ਵਜ਼ਨ 39 ਕਿਲੋ ਤੋਂ ਵੀ ਵੱਧ ਦਾ ਹੁੰਦਾ ਹੈ। ਕੁਛ ਲੋਕਾਂ ਦਾ ਆਪਣੇ ਧਰਮ ਨੂੰ ਦਰਸਾਉਣ ਦਾ ਤਰੀਕਾ ਵੱਖਰਾ ਹੀ ਹੁੰਦਾ ਹੈ, ਜਿੱਦਾਂ ਕਿ ਨਿਹੰਗ ਬਾਬਾ ਅਵਤਾਰ ਸਿੰਘ ਮੌਨੀ ਜੀ। ਜੇਕਰ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤੇ ਕਮੈਂਟ ਕਰਕੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।